ਸਤਿ ਸ਼੍ਰੀ ਅਕਾਲ ਅੱਜ ਮੈਂ ਬਹੁਤ ਖੁਸ਼ ਹਾਂ ਥੈਂਕ ਯੂ ਸੋ ਮੱਚ ਆਈ ਐਮ ਸੋ ਪ੍ਰਾਊਡ ਟੂਡੇ ਕਿ ਤੁਹਾਡੀ ਰਿਕੁਐਸਟ ਉੱਤੇ ਮੈਂ ਆਪਣਾ ਇੱਕ ਨਵਾਂ ਚੈਨਲ ਸ਼ੁਰੂ ਕੀਤਾ ਸਿੰਘ ਸਕੂਲ ਵਲੌਗਸ ਚੈਨਲ ਇੰਨਾ ਕੁ ਵਧੀਆ ਹੋਣ ਵਾਲਾ ਹੈ ਹਰ ਹਫ਼ਤੇ ਦੋ ਵੀਡੀਓਜ਼ ਅਸੀਂ ਡਰੌਪ ਕਰਾਂਗੇ ਤੁਹਾਡੀ ਰਿਕੁਐਸਟ ਉੱਤੇ ਮੈਂ ਚੈਨਲ ਨੂੰ ਤਿਆਰ ਕੀਤਾ ਤੁਸੀਂ ਕਿਹਾ ਸੀ ਭਾਜੀ ਸ਼ੇਅਰ ਕਰੋ ਆਪਣਾ ਪਰਸਨਲ ਡਾਇਟ ਆਪਣੀ ਪਰਸਨਲ ਫਿਟਨੈਸ ਪਰਸਨਲ ਫੈਮਿਲੀ ਫਰੈਂਡਸ ਲਾਈਫ ਬਾਰੇ ਸ਼ਾਪਿੰਗ ਕਿੱਥੋਂ ਕਰਦੇ ਸ਼ਾਪਿੰਗ ਕਿਵੇਂ ਕਰਦੇ ਹੋ ਲਾਈਕ ਇੱਕ ਡਿਫਰੈਂਟ ਹੀ ਟ੍ਰੈਂਡ ਹੋਵੇ ਸਿੰਘ ਸਕੂਲ ਵਲੌਗਸ ਆਲਰੇਡੀ ਉੱਥੇ 2000 ਸਬਸਕ੍ਰਾਈਬਰਸ ਕੰਪਲੀਟ ਹੋ ਚੁੱਕੇ ਨੇ ਜਿਹੜਾ ਨੇ ਹਲੇ ਵੀ ਨਹੀਂ ਕੀਤਾ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਿਕੋਜ਼ ਆਈ ਡੋਨਟ ਵਾਂਟ ਤੁਸੀਂ ਕੋਈ ਵੀ ਅਪਡੇਟ ਨੂੰ ਮਿਸ ਕਰ ਦਿਓ ਤੁਸੀਂ ਕੁੜਤਾ ਪਜਾਮਾ ਸਵਾ ਲਿਆ ਮਹਿੰਗਾ ਸਵਾਇਆ ਵਧੀਆ ਸਵਾਇਆ ਤੁਸੀਂ ਪਾ ਵੀ ਲੈਂਦੇ ਹੋ ਪਰ ਤੁਹਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਅਸੀਂ ਉਹਨੂੰ ਪ੍ਰੈਸ ਕਿਵੇਂ ਕਰਨਾ ਜਿੰਨਾ ਮਰਜ਼ੀ ਮਹਿੰਗਾ ਸਵਾ ਲਓ ਆਪਾਂ ਨੂੰ ਜੇ ਇਹ ਨਹੀਂ ਪਤਾ ਕਿ ਅਸੀਂ ਨੂੰ ਕਿਵੇਂ ਆਇਰਨ ਕਰਨਾ ਸਾਰੇ ਕੁੜਤੇ ਦੀ ਗਰੇਸ ਖਰਾਬ ਕਰ ਲਓਗੇ ਅੱਜ ਅਸੀਂ ਗੱਲ ਕਰਦੇ ਹਾਂ ਬੈਕ ਟੂ ਬੈਕ ਕੁੜਤਾ ਪਜਾਮਾ ਕਾਮਨ ਮਿਸਟੇਕਸ ਦੇ ਬਾਰੇ ਆਓ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਖਾਸ ਲੈਸਨ ਬਿਗੇਸਟ ਮਿਸਟੇਕ ਨੰਬਰ 1 ਕੁੜਤਾ ਪਜਾਮਾ ਅਸੀਂ ਪਾਉਂਦੇ ਹਾਂ ਪ੍ਰੈਸ ਕਰਕੇ ਆਇਰਨ ਕਰਕੇ ਮੈਂ ਇਹ ਗੱਲ ਨੂੰ ਸਮਝਦਾ ਪਰ ਤੁਸੀਂ ਕਰਦੇ ਕੀ ਹੋ ਤੁਸੀਂ ਕੁੜਤਾ ਮੈਂ ਪ੍ਰੈਸ ਕਰਕੇ ਉਹਨੂੰ ਹੈਂਗਰ ਤੇ ਟੰਗ ਦਿੰਦੇ ਹੋ ਆਪਣੀ ਕਬਰਡ ਵਿੱਚ ਕਿ ਅਸੀਂ ਇਹਨੂੰ ਕੱਲੂ ਪਾ ਕੇ ਜਾਣਾ ਆਪਣੀ ਕਿਸੇ ਓਕੇਜ਼ਨ ਤੇ ਤੁਸੀਂ ਉੱਥੋਂ ਉਹਨੂੰ ਉਤਾਰਦੇ ਹੋ ਤੇ ਪਾਉਂਦੇ ਹੋ ਪਾਉਣ ਦੇ ਨਾਲ ਕੀ ਹੁੰਦਾ ਇੱਥੇ ਆਪਣੇ ਦੋ ਵੱਟ ਬਣ ਜਾਂਦੇ ਨੇ ਇੱਥੇ ਥੱਲੇ ਤੱਕ ਬਿਲਕੁਲ ਘੇਰੇ ਤੱਕ ਬਣ ਜਾਂਦੇ ਨੇ ਵੱਟ ਆਪਣੇ ਦੋ ਇੱਥੇ ਬਿਲਕੁਲ ਲੰਬੇ ਲੰਬੇ ਹਮੇਸ਼ਾ ਕੋਸ਼ਿਸ਼ ਕਰਨੀ ਆ ਅਸੀਂ ਜਦੋਂ ਵੀ ਕੁੜਤੇ ਪਜਾਮੇ ਨੂੰ ਵੇਅਰ ਕਰਨਾ ਹੈਂਗਰ ਤੋਂ ਉਤਾਰ ਕੇ ਦੁਬਾਰਾ ਪ੍ਰੈਸ ਮਾਰ ਕੇ ਇਹਨੂੰ ਪ੍ਰੋਪਰ ਪਲੇਨ ਰੱਖ ਕੇ ਥੱਲੇ ਸ਼ੁਰੂ ਕਰੋ ਐਂਡ ਉੱਪਰ ਆਓ ਪ੍ਰੋਪਰ ਪ੍ਰੈਸ ਮਾਰ ਕੇ ਪਲੇਨ ਬਿਲਕੁਲ ਫਿਰ ਉਹਨੂੰ ਵੇਅਰ ਕਰੋਗੇ ਕਿਉਂਕਿ ਦੋ ਫੋਲਡ ਆਉਣ ਦੇ ਨਾਲ ਆਪਣੇ ਕੁੜਤੇ ਦੀ ਬਿਲਕੁਲ ਗਰੇਸ ਖਤਮ ਹੋ ਜਾਂਦੀ ਹੈ ਮਿਸਟੇਕ ਨੰਬਰ 2 ਜਿਹਦੀ ਵੀ ਹਾਈਟ 6 ਫੁੱਟ ਤੋਂ ਉੱਪਰ ਹੈਗੀ ਆ ਜਿਹੜਾ ਬਹੁਤ ਟੌਲ ਆ ਉਹ ਕਦੇ ਵੀ ਸ਼ਾਰਟ ਕੁੜਤਾ ਨਹੀਂ ਪਾਊਗਾ ਚਾਹੇ ਜੀਨਸ ਚਾਹੇ ਪਜਾਮੇ ਦੇ ਨਾਲ ਉਹ ਸ਼ਾਰਟ ਕੁੜਤਾ ਨਹੀਂ ਪਾਊਗਾ ਇੱਕ ਤਾਂ ਉਹਦੀ ਹਾਈਟ ਪਹਿਲੇ ਹੀ ਬਹੁਤ ਲੰਬੀ ਆ ਸ਼ਾਰਟ ਕੁੜਤਾ ਪਾਉਣ ਦੇ ਨਾਲ ਉਹਦੀ ਹਾਈਟ ਹੋਰ ਵੀ ਲੰਬੀ ਲੱਗੂਗੀ ਉਹ ਅਸੀਂ ਬਿਲਕੁਲ ਨਹੀਂ ਚਾਹੁੰਦੇ ਹੈਗੇ ਉਹਦਾ ਕੁੜਤਾ ਹਮੇਸ਼ਾ ਪਲੇਨ ਹੋਵੇ ਜਾਂ ਹੋਵੇ ਡਿਜ਼ਾਈਨਿੰਗ ਪਰ ਕਦੇ ਵੀ ਉਹ ਵਰਟੀਕਲ ਸਟ੍ਰਾਈਪ ਵਿੱਚ ਨਾ ਹੋਵੇ ਇੱਕ ਤਾਂ ਪਹਿਲੇ ਲੰਬਾ ਹੈ ਉੱਪਰ ਜੇ ਵਰਟੀਕਲ ਸਟ੍ਰਾਈਪਸ ਨੇ ਕੁੜਤੇ ਵਿੱਚ ਹੋਰ ਵੀ ਲੰਬਾ ਲੱਗੂਗਾ ਉਹ ਕੋਸ਼ਿਸ਼ ਕਰੂਗਾ ਹਮੇਸ਼ਾ ਪਲੇਨ ਜਾਂ ਡਿਜ਼ਾਈਨਿੰਗ ਬਟ ਨੋ ਵਰਟੀਕਲ ਲਾਈਨ ਐਂਡ ਸ਼ਾਰਟ ਕੁੜਤਾ ਉਹ ਕਦੇ ਵੀ ਨਹੀਂ ਪਾਊਗਾ ਮਿਸਟੇਕ ਨੰਬਰ 3 ਦੇਖੋ ਅਸੀਂ ਵਧੀਆ ਸਟਿਚ ਕਰਵਾ ਲਿਆ ਕੁੜਤਾ ਪਜਾਮਾ ਵਧੀਆ ਕੁਆਲਿਟੀ ਦਾ ਵਧੀਆ ਫੈਬਰਿਕ ਹੈ ਵਧੀਆ ਰੰਗ ਚੂਜ਼ ਕਰ ਲਿਆ ਸੀ ਸ਼ਾਰਟ ਰੱਖਣਾ ਲੌਂਗ ਰੱਖਣਾ ਸਾਨੂੰ ਸਮਝ ਆ ਗਈ ਆ ਬਟ ਅਸੀਂ ਗਲਤੀ ਕਿੱਥੇ ਕਰ ਦਿੰਦੇ ਹਾਂ ਜਦੋਂ ਅਸੀਂ ਆਪਣਾ ਮੋਬਾਈਲ ਫੋਨ ਵਾਲਟ ਜਾਂ ਕੀਜ਼ ਆਪਣੇ ਪਜਾਮੇ ਦੀ ਪਾਕਟਸ ਦੇ ਵਿੱਚ ਪਾ ਕੇ ਖੜੇ ਹੋ ਜਾਂਦੇ ਹਾਂ ਦੇਖਣ ਵਾਲੇ ਬੰਦੇ ਨੂੰ ਇਹ ਦਿਖੂਗਾ ਕਿ ਅਸੀਂ ਆਪਣੇ ਪਜਾਮੇ ਦੀ ਪਾਕਟ ਵਿੱਚ ਫੋਨ ਜਾਂ ਵਾਲਟ ਨੂੰ ਪਾਇਆ ਹੋਇਆ ਉਹ ਬਹੁਤ ਬੁਰਾ ਲੱਗੂਗਾ ਐਂਡ ਸੈਕੰਡਲੀ ਤੁਹਾਡੇ ਕੁੜਤੇ ਦੀ ਗਰੇਸ ਨੂੰ ਬਿਲਕੁਲ ਹੀ ਖਤਮ ਕਰ ਦੂਗਾ ਉਹ ਕੋਸ਼ਿਸ਼ ਕਰਨੀ ਆ ਜਾਂ ਤਾਂ ਅਸੀਂ ਉਹਨੂੰ ਆਪਣੇ ਹੱਥ 'ਚ ਫੜ ਲਈ ਮੋਬਾਈਲ ਫੋਨ ਨੂੰ ਜਾਂ ਕੀਜ਼ ਨੂੰ ਜਾਂ ਬੈਸਟ ਤਰੀਕਾ ਇਹ ਆ ਕਿ ਅਸੀਂ ਆਪਣੇ ਕੁੜਤੇ ਦੀਆਂ ਇਹ ਪਾਕਟਸ ਨੂੰ ਯੂਜ਼ ਕਰ ਲਈਏ ਇੱਥੇ ਪਾਉਂਗੇ ਨਾ ਤਾਂ ਕੁਝ ਵੀ ਹਾਈਲਾਈਟ ਨਹੀਂ ਹੋਊਗਾ ਠੀਕ ਆ ਅਸੀਂ ਕਦੇ ਵੀ ਆਪਣੇ ਪਜਾਮੇ ਦੀ ਪਾਕਟ ਵਿੱਚ ਕੁਝ ਵੀ ਨਹੀਂ ਪਾਵਾਂਗੇ ਆਪਣੇ ਕੁੜਤੇ ਦੀ ਗਰੇਸ ਨਹੀਂ ਤਾਂ ਬਿਲਕੁਲ ਖਰਾਬ ਹੋ ਜਾਣੀ ਹੈ ਮਿਸਟੇਕ ਨੰਬਰ 4 ਬਹੁਤ ਘੱਟ ਮੁੰਡੇ ਮਿਸਟੇਕ ਕਰਦੇ ਨੇ ਬਟ ਮੇਰਾ ਫਰਜ਼ ਬਣਦਾ ਤੁਹਾਨੂੰ ਮਿਸਟੇਕ ਬਾਰੇ ਮੈਂਸ਼ਨ ਜ਼ਰੂਰ ਕਰਨਾ ਬਿਕੋਜ਼ ਕਈ ਮੁੰਡੇ ਹਲੇ ਵੀ ਮਿਸਟੇਕ ਕਰਦੇ ਪਏ ਨੇ ਇਹਨੂੰ ਯਾਦ ਰੱਖਿਓ ਅਸੀਂ ਹੁਣ ਸਿੱਖ ਚੁੱਕੇ ਹਾਂ ਕਿ ਅਸੀਂ ਕਿਵੇਂ ਖੜੇ ਹੋਣਾ ਹੁਣ ਅਸੀਂ ਇਹ ਗੱਲ ਕਰਨ ਲੱਗਿਆ ਕਿ ਅਸੀਂ ਬੈਠਣਾ ਕਿਵੇਂ ਆ ਸੋ ਕੁੜਤਾ ਹਮੇਸ਼ਾ ਅਸੀਂ ਉਹਦਾ ਪੱਲਾ ਚੱਕ ਕੇ ਪਿੱਛੋਂ ਫਿਰ ਬੈਠਾਂਗੇ ਕਿਉਂਕਿ ਆਪਣੇ ਕੁੜਤੇ ਦੇ ਪਿੱਛੇ ਕੋਈ ਵੱਟ ਨਾ ਆਉਣ ਸੈਕੰਡਲੀ ਅਸੀਂ ਕਿਤੇ ਬੈਠ ਜਾਈਏ ਤੇ ਕੋਈ ਥੱਲੇ ਬੈਂਚ ਗੰਦਾ ਹੋਊਗਾ ਤਾਂ ਨਿਸ਼ਾਨ ਨਹੀਂ ਦਿਖਣਗੇ ਪਏ ਹੋਏ ਆਪਣੇ ਪੱਲੇ ਉੱਤੇ ਸੋ ਕੋਸ਼ਿਸ਼ ਕਰਨੀ ਹੈ ਹਮੇਸ਼ਾ ਬੈਠਣ ਲੱਗੇ ਕੁੜਤੇ ਦਾ ਪੱਲਾ ਚੱਕ ਕੇ ਅਸੀਂ ਫੇਰ ਬੈਠਾਂਗੇ ਨੰਬਰ 5 ਮੈਂ ਇਹਨੂੰ ਮਿਸਟੇਕ ਨਹੀਂ ਕਹੂੰਗਾ ਬਟ ਜਸਟ ਇੱਕ ਇੰਪਰੂਵਮੈਂਟ ਹੈ ਜੋ ਆਪਾਂ ਲੈ ਕੇ ਆਵਾਂਗੇ ਆਪਣੀ ਲੁੱਕਸ ਵਿੱਚ ਜਦੋਂ ਅਸੀਂ ਕੁੜਤਾ ਪਜਾਮੇ ਨੂੰ ਵੇਅਰ ਕਰਾਂਗੇ ਸੋ ਕੋਸ਼ਿਸ਼ ਇਹ ਕਰਨੀ ਆ ਕਿ ਜਦੋਂ ਅਸੀਂ ਕਿਸੇ ਵੀ ਓਕੇਜ਼ਨ ਤੇ ਜਾਣਾ ਜਾਂ ਕਿਤੇ ਅਸੀਂ ਬਾਹਰ ਜਾ ਰਹੇ ਹਾਂ ਕਿਸੇ ਨੂੰ ਮਿਲਣ ਵਾਸਤੇ ਕੋਈ ਮੀਟਿੰਗ ਆ ਆਪਣੀ ਇਕੱਲਾ ਕੁੜਤਾ ਨਹੀਂ ਪਾਵਾਂਗੇ ਅਸੀਂ ਨਾਲ ਉਹਦੇ ਇੱਕ ਨੈਰ ਜੈਕਟ ਨੂੰ ਵੇਅਰ ਕਰ ਲਾਂਗੇ ਬਟਨ ਬੰਦ ਕਰੋ ਖੁੱਲੇ ਰੱਖੋ ਤੁਹਾਡੀ ਆਪਦੀ ਮਰਜ਼ੀ ਆ ਜੇ ਅਸੀਂ ਕਿਸੇ ਪਾਰਟੀ ਉੱਤੇ ਜਾਣਾ ਤਾਂ ਇੱਥੇ ਹਲਕਾ ਇੱਕ ਪਾਕਟ ਸਕਰ ਨੂੰ ਐਡ ਕਰ ਲਓ ਦੈਟਸ ਇਟ ਨਹੀਂ ਤਾਂ ਨਾਰਮਲ ਰੂਟੀਨ ਦੇ ਵਾਸਤੇ ਸਿੰਪਲ ਬਸ ਇੱਕ ਨੈਰ ਜੈਕਟ ਕੁੜਤਾ ਪਜਾਮਾ ਦੈਟਸ ਇਟ ਐਂਡ ਨਾਲ ਵਾਸ਼ ਜ਼ਰੂਰ ਕੈਰੀ ਕਰੋ ਆਪਣੇ ਆਊਟਫਿਟ ਦੇ ਨਾਲ ਮੈਚਿੰਗ ਹੋਵੇ ਜਾਂ ਕੋਈ ਮੈਟੈਲਿਕ ਵਾਚ ਹੋਵੇ ਜਿਵੇਂ ਇਸ ਤੇ ਮੈਂ ਪਾਈ ਹੋਈ ਆ ਗ੍ਰੇ ਐਂਡ ਗੋਲਡਨ ਵਾਚ ਬਸ ਸਿੰਪਲ ਲੁੱਕ ਤੁਹਾਡੀ ਗ੍ਰੇਸ ਵਧੀਆ ਬਣ ਕੇ ਆਊਗੀ ਐਸ ਕੰਪੇਅਰ ਟੂ ਸਿੰਪਲ ਨਾਰਮਲ ਕੁੜਤਾ ਪਜਾਮੇ ਦੇ ਨਾਲ ਮੈਂ ਆਲਰੇਡੀ ਬਹੁਤ ਸਾਰੀ ਵੀਡੀਓ ਪਾ ਚੁੱਕਿਆ ਕੁੜਤਾ ਪਜਾਮਾ ਨਹਿਰੂ ਜੈਕਟ ਦੇ ਕੰਬੀਨੇਸ਼ਨ ਨਾਲ ਟਰਬਨ ਦੇ ਕੰਬੀਨੇਸ਼ਨ ਜਿਹਨੇ ਵੀਡੀਓ ਦੇਖੇ ਨੇ ਵੈਲ ਐਂਡ ਗੁੱਡ ਜਿਹਨੇ ਵੀਡੀਓ ਨਹੀਂ ਦੇਖੀਆਂ ਹਾਲੇ ਤੱਕ ਵੀ ਮੈਂ ਲਿੰਕਸ ਪਾ ਦਿੰਦਾ ਡਿਸਕ੍ਰਿਪਸ਼ਨ 'ਚ ਜਾ ਕੇ ਚੈੱਕ ਕਰ ਲਿਓ ਵੀਡੀਓ ਦੇ ਇਸ ਐਂਡ ਤੋਂ ਬਾਅਦ ਮਿਸਟੇਕ ਨੰਬਰ 6 ਜਿਹੜੀ ਇੱਥੇ ਲੁੱਪੀ ਹੁੰਦੀ ਹੈ ਨਾ ਜਿਹਨੂੰ ਅਸੀਂ ਸ਼ੋਲਡਰ ਲੁੱਪ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ ਸੋ ਉਹ ਲੁੱਪੀ ਹਮੇਸ਼ਾ ਆਪਣੇ ਕੁੜਤੇ ਪਜਾਮੇ ਉੱਤੇ ਨਹੀਂ ਹੋਊਗੀ ਹਮੇਸ਼ਾ ਹੋਊਗੀ ਇੱਕ ਪਠਾਨੀ ਸੂਟ ਉੱਤੇ ਨਹੀਂ ਯਾਦ ਰੱਖਿਓ ਇਹ ਮੈਂ ਲਾਸਟ ਵੀਡੀਓ 'ਚ ਗੱਲ ਕੀਤੀ ਸੀਗੀ
ਕਿ ਅਸੀਂ ਕਿਵੇਂ ਕੰਪੈਰੀਜ਼ਨ ਕੀਤਾ ਸੀ ਕੁੜਤੇ ਪਜਾਮੇ ਨੂੰ ਪਠਾਣੀ ਸੂਟ ਦੇ ਨਾਲ। ਜਿਹਨੇ ਉਹ ਵੀਡੀਓ ਨਹੀਂ ਦੇਖੀ ਜਾ ਕੇ ਵੀਡੀਓ ਜ਼ਰੂਰ ਦੇਖਿਓ, ਤੁਹਾਨੂੰ ਕੌਨਫੀਡੈਂਸ ਆ ਜਾਊਗਾ ਕਿ ਅਸੀਂ ਪਠਾਣੀ ਸੂਟ ਨੂੰ ਕਿਵੇਂ ਕੈਰੀ ਕਰਨਾ ਅਤੇ ਕਿਵੇਂ ਸਟਿਚ ਕਰਵਾਉਣਾ। ਨੰਬਰ 7, ਅਸੀਂ ਕੁੜਤੇ ਪਜਾਮੇ ਦੇ ਨਾਲ ਕਦੇ ਵੀ ਕੋਈ ਸਪੋਰਟਸ ਸ਼ੂਜ਼ ਨਹੀਂ ਪਾਵਾਂਗੇ ਜਾਂ ਕੋਈ ਟਿੰਬਰਲੈਂਡ ਦੇ ਬੂਟ ਜਾਂ ਕੋਈ ਹੋਰ ਬੂਟਸ ਨਹੀਂ ਪਾਵਾਂਗੇ। ਹਾਂ, ਜੇ ਅਸੀਂ ਚੈਲਸੀ ਬੂਟਸ ਪਾਉਣਾ ਚਾਹੁੰਦੇ ਹਾਂ, ਹਰ ਕੋਈ ਮੁੰਡਾ ਵੈਸੇ ਉਹਨੂੰ ਕੈਰੀ ਕਰ ਨਹੀਂ ਸਕਦਾ, ਜਿਹੜਾ ਕੈਰੀ ਕਰਨਾ ਚਾਹੁੰਦਾ ਉਹ ਕਰ ਸਕਦਾ। ਉਸ ਤੋਂ ਇਲਾਵਾ ਤੁਸੀਂ ਲੋਫਰਸ ਪਾਉਣੇ ਹੋਣ, ਤੁਸੀਂ ਖੁੱਸਾ ਪਾਉਣਾ, ਤੁਸੀਂ ਕੋਈ ਜੁੱਤੀ ਪਾਉਣੀ ਹੈ, ਤੁਸੀਂ ਉਹਨੂੰ ਪਾ ਸਕਦੇ ਹੋ, ਬਟ ਕੋਈ ਸਪੋਰਟਸ ਸ਼ੂਜ਼ ਜਾਂ ਕੋਈ ਹੈਵੀ ਬੂਟਸ ਅਸੀਂ ਬਿਲਕੁਲ ਨਹੀਂ ਪਾਵਾਂਗੇ। ਤੁਹਾਡੀ ਵਾਰਡਰੋਬ ਵਿੱਚ ਜਿੰਨੇ ਵੀ ਸ਼ੂਜ਼ ਪਏ ਨੇ, ਬੂਟਸ ਪਏ ਨੇ, ਲੋਫਰਸ ਪਏ ਨੇ, ਠੀਕ ਆ, ਇੱਕ ਜਗ੍ਹਾ 'ਤੇ ਪਏ ਰਹਿਣ ਦਿਉ, ਬਟ ਇੱਕ ਸਿਰਫ ਅਤੇ ਸਿਰਫ ਇੱਕ ਪੰਜਾਬੀ ਜੁੱਤੀ ਜਾਂ ਪੰਜਾਬੀ ਖੁੱਸਾ ਜ਼ਰੂਰ ਰੱਖੋ। ਅਤੇ ਇਹਨੇ ਜਦੋਂ ਅਸੀਂ ਪਾਵਾਂਗੇ ਆਪਣੇ ਲੁੱਕ ਵਿੱਚ ਹੋਰ ਵੀ ਉਹ ਰੋਬ ਦਾ ਪਰਸਨੈਲਿਟੀ ਆਉਂਦੀ ਆ। ਨੋ ਮੈਟਰ ਅਬਾਊਟ ਅਸੀਂ ਕਿੰਨੇ ਵੀ ਚੈਲਸੀ ਬੂਟਸ ਪਾ ਲਈਏ, ਸ਼ੂਜ਼ ਪਾ ਲਈਏ, ਲੋਫਰਸ ਪਾ ਲਈਏ, ਬਟ ਜਿਹੜੀ ਗੱਲ ਇੱਕ ਪੰਜਾਬੀ ਜੁੱਤੀ ਜਾਂ ਖੁੱਸੇ ਦੇ ਨਾਲ ਪਾ ਕੇ ਆਉਂਦੀ ਹੈ ਨਾ, ਟਰਸਟ ਮੀ ਗਾਈਸ, ਉਹ ਕਿਸੇ ਤੁਹਾਨੂੰ ਹੋਰ ਚੀਜ਼ ਨਾਲ ਆ ਹੀ ਨਹੀਂ ਸਕਦੀ। ਗਾਈਸ, ਇਹ ਸੀ ਅੱਜ ਦੀ ਕੰਪਲੀਟ ਵੀਡੀਓ ਔਨ ਕੁੜਤਾ ਪਜਾਮਾ ਕਾਮਨ ਮਿਸਟੇਕਸ। ਮੈਨੂੰ ਪਤਾ ਹੈ ਅਸੀਂ ਬਹੁਤ ਸਾਰੀ ਮਿਸਟੇਕਸ ਹੋਰ ਵੀ ਕਰਦੇ ਹੋਵਾਂਗੇ, ਸ਼ਾਇਦ ਮੈਂ ਇਸ ਵੀਡੀਓ ਵਿੱਚ ਬੋਲ ਨਹੀਂ ਸਕਿਆ ਹੋਵਾਂਗਾ, ਨੈਕਸਟ ਵੀਡੀਓ 'ਚ ਲੈ ਕੇ ਆਵਾਂਗੇ ਡੈਫੀਨੇਟਲੀ। ਬਟ ਉਸ ਤੋਂ ਪਹਿਲਾਂ ਜਿਹਨਾਂ ਨੇ ਮੇਰੀਆਂ ਲਾਸਟ ਵੀਡੀਓਜ਼ ਕੁੜਤਾ ਪਜਾਮਾ ਵਰਸਿਸ ਪਠਾਣੀ ਸੂਟ, ਕੁੜਤਾ ਪਜਾਮਾ ਮਿਸਟੇਕਸ, ਕੁੜਤਾ ਪਜਾਮਾ ਸਟਿਚ ਕਰਵਾਉਣਾ, ਕਿਵੇਂ ਸਟਿਚ ਕਰਵਾਉਣਾ, ਕੀ ਫੈਬਰਿਕ ਦਾ ਪ੍ਰਾਈਸ ਚੱਲਦਾ ਪਿਆ, ਕੋਂਬੀਨੇਸ਼ਨਸ ਕੀ ਹੋਣਗੇ ਆਪਣੇ ਨੈਰੋ ਜੈਕਟ ਦੇ ਨਾਲ, ਟਰਬਨ ਕੋਂਬੀਨੇਸ਼ਨ ਕੀ ਹੋਣਗੇ, ਬਹੁਤ ਸਾਰਾ ਕੰਟੈਂਟ ਮੈਂ ਆਲਰੇਡੀ ਪੋਸਟ ਕਰ ਚੁੱਕਿਆ ਆਪਣੇ ਇਸ ਚੈਨਲ ਦੇ ਉੱਤੇ। ਜਾ ਕੇ ਵੀਡੀਓ ਜ਼ਰੂਰ ਦੇਖ ਲਿਓ, ਮੈਂ ਲਿੰਕ ਮੈਂਸ਼ਨ ਕਰ ਦੇਣਾ ਡਿਸਕ੍ਰਿਪਸ਼ਨ 'ਚ, ਜਾ ਕੇ ਵੀਡੀਓ ਚੈੱਕ ਜ਼ਰੂਰ ਕਰ ਲਓ।